ਸਤਿ ਸ਼੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਜਿਹੜੀ ਵੀਡੀਓ ਆ ਉਹ ਸਿਰਫ ਅਤੇ ਸਿਰਫ ਜਿਹੜੇ ਜੋਬ ਰੈਡੀ ਕਰ ਰਹੇ ਨੇ, ਜਿਹੜੇ ਸਕਿੱਲ ਅਸੈਸਮੈਂਟ ਕਰ ਰਹੇ ਨੇ ਐਜ਼ ਏ ਸ਼ੈੱਫ, ਔਰ ਜਿਹੜੇ ਕੁੱਕਰੀ ਕਰ ਰਹੇ ਨੇ ਜਾਂ ਜਿਨ੍ਹਾਂ ਨੇ ਰੀਸੈਂਟਲੀ ਜੋਬ ਰੈਡੀ ਸਟਾਰਟ ਕੀਤਾ ਵਾ, ਇਹ ਵੀਡੀਓ ਉਹਨਾਂ ਵਾਸਤੇ ਆ। ਤੁਸੀਂ ਇੰਨਾ ਪਿਆਰ ਦੇ ਰਹੇ ਹੋ, ਤੁਸੀਂ ਇਹ ਚੀਜ਼ਾਂ ਨੂੰ ਸ਼ੇਅਰ ਕਰ ਰਹੇ ਹੋ, ਰੈਗੂਲਰਲੀ ਕਮੈਂਟ ਕਰ ਰਹੇ ਹੋ, ਔਰ ਜੇ ਤੁਸੀਂ ਫੋਲੋ ਨਹੀਂ ਕੀਤਾ ਅਕਾਊਂਟ ਨੂੰ ਫੋਲੋ ਕਰ ਲਓ। ਐਂਡ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਤਾਂ ਥੱਲੇ ਇੱਕ ਬਟਨ ਆਉਣ ਲੱਗ ਗਿਆ ਵਾ ਥੈਂਕਸ ਦਾ, ਤੁਸੀਂ ਥੈਂਕਸ ਕਰਕੇ ਧੰਨਵਾਦ ਵੀ ਕਰ ਸਕਦੇ ਹੋ ਅਗਰ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ ਦਿਲੋਂ, ਵੀ ਤੁਹਾਨੂੰ ਲੱਗਦਾ ਵੀ ਇਹ ਵਾਲੀ ਵੀਡੀਓ ਵਾਕਈ ਮੇਰੇ ਵਾਸਤੇ ਇਨਫੋਰਮੇਟਿਵ ਹੈਗੀ ਆ, ਤੁਸੀਂ ਇਹ ਵੀ ਕਰ ਸਕਦੇ ਹੋ। ਐਂਡ ਤੁਹਾਡੀ ਸਪੋਰਟ ਰੀਅਲੀ ਐਪਰੀਸ਼ੀਏਟਿਡ ਆ, ਤੁਸੀਂ ਜਿੰਨੀ ਵੀ ਹੁੰਗਾਰਾ ਦੇ ਰਹੇ ਹੋ ਤਾਂ ਹੀ ਆਪਾਂ ਇਸ ਜਰਨੀ ਤੱਕ ਅੱਗੇ ਵੱਧ ਰਹੇ ਹਾਂ, ਔਰ ਬਹੁਤ ਸਪੋਰਟ ਕਰ ਰਹੇ ਹੋ ਤੁਸੀਂ। ਬਹੁਤ ਜਾਣੇ ਲੋਕ ਮੈਨੂੰ ਮਿਲਦੇ ਆ, ਮੈਂ ਤੁਹਾਡੀ ਵੀਡੀਓਜ਼ ਦੇਖ ਕੇ ਪਾਸ ਹੋ ਗਿਆ, ਮੈਂ ਤੁਹਾਡੀ ਵੀਡੀਓ ਦੇਖ ਕੇ ਤਿਆਰੀ ਕਰ ਲਈ, ਮੈਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ, ਅਤੇ ਮੇਰੇ ਵਾਸਤੇ ਗੁੱਡ ਕੰਪਲੀਮੈਂਟਸ ਨੇ ਜਿਹੜੇ ਕਿ ਮੈਨੂੰ ਬੂਸਟ ਕਰਦੇ ਨੇ ਇਸ ਨੂੰ ਹੋਰ ਜ਼ਿਆਦਾ ਅੱਪ ਲੈ ਕੇ ਜਾਣ ਦੀ। ਤਾਂ ਐਸੇ ਕਰਕੇ ਡੂ ਮੇਕ ਵੀਡੀਓਜ਼। ਸੋ ਤੁਹਾਡਾ ਵੀ ਕੋਈ ਕੰਸਰਨ ਹੁੰਦਾ ਵਾ ਕਿਸੇ ਚੀਜ਼ ਰਿਗਾਰਡਿੰਗ, ਔਰ ਬਹੁਤ ਭੈਣ ਭਰਾ ਅੱਡ ਕੰਟਰੀਜ਼ ਤੋਂ ਦੇਖ ਰਹੇ ਨੇ, ਸਪੈਸ਼ਲੀ ਇੰਡੀਆ ਹੋ ਗਿਆ, ਨੇਪਾਲ ਹੋ ਗਿਆ, ਪਾਕਿਸਤਾਨ ਹੋ ਗਿਆ, ਰਾਈਟ, ਈਵਨ ਅਮੈਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਐਂਡ ਨਿਊਜ਼ੀਲੈਂਡ ਦੇ ਵਿੱਚ ਇਹ ਵੀਡੀਓਜ਼ ਵੀ ਦੇਖੀਆਂ ਜਾ ਰਹੀਆਂ ਵਾ। ਤੈ ਦਿਲੋਂ ਸਾਰਿਆਂ ਦਾ ਧੰਨਵਾਦ। ਜਿਹੜੇ ਵੀ ਆਸਟ੍ਰੇਲੀਆ ਐਜ਼ ਏ ਸ਼ੈੱਫ ਆਉਣ ਦੀ ਸੋਚ ਰਿਹਾ, ਇਹ ਵੀਡੀਓ ਉਹਨਾਂ ਵਾਸਤੇ ਪਰਫੈਕਟ ਆ ਕਿ ਉਹ ਆਪ ਕਿੱਦਾਂ ਆਸਟ੍ਰੇਲੀਆ ਆ ਸਕਦੇ ਆ ਐਜ਼ ਏ ਸ਼ੈੱਫ, ਰਾਈਟ। ਸੋ ਕਿਹੜੀਆਂ ਚੀਜ਼ਾਂ ਕਰ ਸਕਦੇ, ਇਹਦੇ 'ਤੇ ਮੈਂ ਇੱਕ ਸਪੈਸ਼ਲ ਅੱਡ ਵੀਡੀਓ ਬਣਾਊਂਗਾ ਜਿਹਦੇ ਵਿੱਚ ਕਿ ਲੋਕਾਂ ਨੂੰ ਆਈਡੀਆ ਰਹੇ ਕਿ ਅਗਰ ਅਸੀਂ ਕੋਈ ਹੁਨਰ ਹੈਗਾ ਸਾਡੇ ਵਿੱਚ ਐਜ਼ ਏ ਸ਼ੈੱਫ ਦਾ, ਜਾਂ ਅਸੀਂ ਸ਼ੈੱਫ ਦੀ ਜੋਬ ਕਰ ਰਹੇ ਹਾਂ ਪਿਛਲੇ 4-5 ਸਾਲਾਂ ਤੋਂ, ਆਸਟ੍ਰੇਲੀਆ ਕਿੱਦਾਂ ਮਾਈਗ੍ਰੇਟ ਕਰ ਸਕਦੇ ਐਜ਼ ਏ ਸ਼ੈੱਫ ਈਵਨ ਵਿਦਆਊਟ ਐਨੀ ਸਪੋਂਸਰ। ਉਹਦੇ ਵਾਸਤੇ ਮੈਂ ਇੱਕ ਲਹਿਦਾ ਵੀਡੀਓ ਬਣਾਊਂਗਾ, ਬਟ ਅੱਜ ਦਾ ਜਿਹੜਾ ਟੋਪਿਕ ਆਪਾਂ ਗੱਲ ਕਰਾਂਗੇ ਕਿ ਮੋਸਟਲੀ ਜਿਹੜੇ ਸਟੂਡੈਂਟ ਆ ਕਨਫਿਊਜ਼ ਹੋ ਜਾਂਦੇ ਆ ਬੈਸਟ ਬਿਫੋਰ ਡੇਟ 'ਤੇ ਅਤੇ ਯੂਜ਼ ਬਾਏ ਡੇਟ 'ਤੇ, ਇਹ ਕਾਹਦੇ ਵਾਸਤੇ ਸਟੈਂਡ ਹੁੰਦੀਆਂ। ਮੈਂ ਇਹਦੇ 'ਤੇ ਪਹਿਲਾਂ ਵੀ ਇੱਕ ਵੀਡੀਓ ਬਣਾਈ ਆ, ਬਟ ਮੈਂ ਇੱਕ ਵਾਰੀ ਫਿਰ ਤੋਂ ਦੁਬਾਰਾ ਦੱਸ ਰਿਹਾ ਕਿ ਬੈਸਟ ਬਿਫੋਰ ਡੇਟ ਕੀ ਹੁੰਦਾ, ਯੂਜ਼ ਬਾਏ ਡੇਟ ਕੀ ਹੁੰਦਾ ਵਾ। ਬੈਸਟ ਬਿਫੋਰ ਡੇਟ, ਬੈਸਟ ਬਿਫੋਰ ਡੇਟ ਹੁੰਦਾ ਕਿ ਜਿਹੜਾ ਆਈਟਮ ਤੁਸੀਂ ਬਾਏ ਕਰਦੇ ਹੋ, ਜਿਹੜਾ ਸਪੈਸੀਫਿਕੇਸ਼ਨ ਕੋਈ ਆਈਟਮ ਬਾਏ ਕਰਦੇ ਹੋ ਬਾਜ਼ਾਰ ਤੋਂ, ਉਹਦੇ ਉੱਤੇ ਲਿਖਿਆ ਹੁੰਦਾ ਬੈਸਟ ਬਿਫੋਰ ਡੇਟ। ਮਤਲਬ ਕਿ ਉਸ ਡੇਟ ਤੋਂ ਬਾਅਦ ਉਹਦੀ ਜਿਹੜੀ ਪ੍ਰੋਡਕਟ ਦੀ ਕੁਆਲਿਟੀ ਆ ਜਾਂ ਜਿਹੜੀ ਫਰੈਸ਼ਨੈਸ ਆ ਉਹ ਐਗਜ਼ਿਸਟ ਨਹੀਂ ਕਰਦੀ ਜਾਂ ਫਿਰ ਸਹੀ ਨਹੀਂ ਰਹਿੰਦੀ। ਦੈਟ ਵਾਟ ਇਟ ਸਟੈਂਡ ਫੋਰ ਬੈਸਟ ਬਿਫੋਰ ਡੇਟ। ਬਟ ਜਦੋਂ ਗੱਲ ਆ ਜਾਂਦੀ ਆ ਐਕਸਪਾਇਰੀ ਡੇਟ ਦੀ ਔਰ ਯੂਜ਼ ਬਾਏ ਡੇਟ, ਯੂਜ਼ ਬਾਏ ਡੇਟ 'ਤੇ ਇਹ ਹੁੰਦਾ ਕਿ ਜਿਹੜਾ ਪ੍ਰੋਡਕਟ ਆ ਕਿ ਉਹ ਇਸ ਡੇਟ ਤੋਂ ਬਾਅਦ ਐਕਸਪਾਇਰਡ ਹੈ, ਯਾਨੀ ਕਿ ਖਤਮ ਆ, ਇਹ ਰੀਪ੍ਰਜੈਂਟ ਕਰਦਾ ਵਾ ਫੂਡ ਸੇਫਟੀ ਨੂੰ, ਫੂਡ ਦੀ ਸੇਫਟੀ ਨੂੰ, ਤਹਾਜੀ ਨੂੰ, ਕਿ ਫੂਡ ਦੇ ਜਿਹੜੀ ਵੈਲਿਊ ਆ, ਜਿਹੜੀ ਉਹਦੀ ਨਿਊਟ੍ਰੀਸ਼ਨ ਵੈਲਿਊ ਆ, ਬਾਏ ਦੈਟ ਪਰਟੀਕੁਲਰ ਡੇਟ ਆ, ਉਸ ਤੋਂ ਬਾਅਦ ਉਹ ਪ੍ਰੋਡਕਟ ਮਤਲਬ ਖਤਮ ਆ, ਲਾਈਕ ਇਟਸ ਗੋਨ, ਸੋ ਤੁਸੀਂ ਉਹਨੂੰ ਯੂਜ਼ ਨਹੀਂ ਕਰ ਸਕਦੇ। ਇੱਕ ਕਰਦਾ ਵਾ ਸਟੈਂਡ ਸੇਫਟੀ ਵਾਸਤੇ, ਪ੍ਰੋਡਕਟ ਦੀ ਸੇਫਟੀ ਜਾਂ ਫਿਰ ਫੂਡ ਦੀ ਸੇਫਟੀ ਵਾਸਤੇ, ਔਰ ਦੂਜਾ ਪ੍ਰੋਡਕਟ ਜਿਹੜਾ ਸਟੈਂਡ ਕਰਦਾ ਵਾ ਉਹ ਕਰਦਾ ਵਾ ਫਰੈਸ਼ਨੈਸ ਆਫ ਦਾ ਪ੍ਰੋਡਕਟ। ਯੂਜ਼ ਬਾਏ ਡੇਟ ਮਤਲਬ ਅਗਰ ਕਿਸੇ ਚੀਜ਼ ਦੀ ਡੇਟ ਲੰਘ ਜਾਂਦੀ, ਹੁਣ ਮੈਂ ਇੱਥੇ ਇੱਕ ਐਗਜ਼ਾਮਪਲ ਦੇਣਾ ਚਾਹੂੰਗਾ ਕਿ ਮੰਨ ਲਓ ਜੇ ਦੁੱਧ ਦੀ ਯੂਜ਼ ਬਾਏ ਡੇਟ ਨਿਕਲ ਗਈ, ਹੁਣ ਦੁੱਧ ਖਰਾਬ ਨਹੀਂ ਗਾ, ਰਾਈਟ, ਕਿਉਂਕਿ ਦੁੱਧ ਨੂੰ ਪ੍ਰਿਜ਼ਰਵੇਟਿਵਸ ਦੇ ਨਾਲ ਯੂਜ਼ ਕੀਤਾ ਜਾਂਦਾ ਵਾ, ਉਹਨੂੰ ਸਟੋਰ ਕੀਤਾ ਜਾਂਦਾ ਵਾ। ਹੁਣ ਆਪਾਂ ਸਾਰੇ ਕਹਿੰਦੇ ਹਾਂ ਕਿ ਮਿਲਕ ਇਜ਼ ਏ ਫਰੈਸ਼ ਪ੍ਰੋਡਕਟ, ਬਟ ਐਕਚੁਲੀ ਇਟਸ ਨੋਟ। ਹੁਣ ਤੁਹਾਨੂੰ ਇਹ ਚੀਜ਼ ਪਤਾ ਆ ਕਿ ਜਿਹੜਾ ਦੁੱਧ ਆ ਬੋਟਲਸ ਦੇ ਵਿੱਚ ਰੀਫਿਲ ਕੀਤਾ ਜਾਂਦਾ ਵਾ ਉਹ ਕਿੰਨੇ ਟਾਈਮ ਪਹਿਲਾਂ ਰੀਫਿਲ ਹੋਇਆ, ਕਿੰਨੇ ਟਾਈਮ ਬਾਅਦ ਟਰੈਵਲ ਹੋਇਆ, ਔਰ ਕਦੋਂ ਇਹ ਕਿੰਨੇ ਟਾਈਮ ਹੋ ਗਿਆ ਉਸ ਕੂਲ ਰੂਮ ਦੇ ਵਿੱਚ ਪਏ ਨੂੰ। ਸੋ ਰਫਲੀ 2-3 ਵੀਕ ਚੱਲਦਾ, ਉਸ ਤੋਂ ਬਾਅਦ ਉਹਦੇ ਉੱਪਰ 1 ਜਾਂ 1.5 ਵੀਕ ਦੀ ਹੋਰ ਡੇਟ ਹੁੰਦੀ ਆ, ਸੋ ਰਫਲੀ 4 ਵੀਕਸ ਹੋ ਜਾਂਦੇ ਉਹਨੂੰ ਜ਼ਿਆਦਾ, ਹੈ ਨਾ। ਸੋ ਇਟ ਇਜ਼
ਆਪਾਂ ਨੂੰ ਯੂਜ਼ ਬਾਏ ਡੇਟ ਚੈੱਕ ਕਰਨਾ ਵੀ ਇਹਦੀ ਯੂਜ਼ ਬਾਏ ਡੇਟ ਕੀ ਹੈ। ਅਗਰ ਤਾਂ ਦੁੱਧ ਸਮੈਲ ਕਰ ਰਿਹਾ ਵਾ, ਕਰਡਲਸ ਬਣ ਗਏ, ਇਹਦਾ ਮਤਲਬ ਉਹ ਗੋਨ, ਖਤਮ ਹੋ ਗਿਆ, ਲਾਈਕ ਵੀ ਕਾਂਟ ਯੂਜ਼ ਇਟ। ਬਟ ਅਗਰ ਦੀ ਦੁੱਧ ਦੀ ਜਿਹੜੀ ਯੂਜ਼ ਬਾਏ ਡੇਟ ਹੈਗੀ ਆ ਉਹ ਲੰਘ ਗਈ ਆ, ਉਸ ਤੋਂ ਬਾਅਦ ਤੁਸੀਂ ਇਹਦੀ ਸਮੈਲ ਕਰ ਸਕਦੇ ਹੋ, ਹਲਕਾ ਜਿਹਾ ਟੇਸਟ ਕਰਕੇ ਦੇ ਸਕਦੇ ਹੋ। ਮੋਸਟਲੀ ਆਪਣੇ ਇੰਡੀਅਨ ਕਲਚਰ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਆਪਾਂ ਉਸ ਦੁੱਧ ਨੂੰ ਯੂਜ਼ ਵੀ ਕਰਦੇ ਹਾਂ, ਲਾਈਕ ਆਪਾਂ ਉਹਦਾ ਦਹੀਂ ਜਮਾ ਸਕਦੇ ਹਾਂ, ਦਹੀਂ ਤੋਂ ਮੱਖਣ ਬਣਾ ਸਕਦੇ ਹਾਂ, ਮੱਖਣ ਤੋਂ ਆਪਾਂ ਆਪਣੇ ਦੇਸੀ ਘਿਓ ਬਣਾ ਸਕਦੇ, ਰਾਈਟ। ਸੋ ਇੱਦਾਂ ਆਪਾਂ ਉਹਨੂੰ ਯੂਜ਼ ਕਰ ਸਕਦੇ। ਸੇਮ ਅਗਰ ਕਰੀਮ ਹੈ ਤਾਂ ਕਰੀਮ ਨੂੰ ਆਪਾਂ ਬਲੈਂਡ ਕਰਕੇ ਉਹਦਾ ਮੱਖਣ ਬਣਾ ਕੇ ਉਹਦਾ ਆਪਣੇ ਕਲੈਰੀਫਾਈ ਬਟਰ ਬਣਾ ਸਕਦੇ ਹਾਂ। ਸੋ ਇਹ ਤਾਂ ਹੋ ਗਈ ਉਸ ਪ੍ਰੋਡਕਟ ਦੀ ਗੱਲ ਜਿਹਦੇ 'ਤੇ ਯੂਜ਼ ਬਾਏ ਡੇਟ ਲਿਖਿਆ ਹੁੰਦਾ। ਐਕਸਪਾਇਰੀ ਡੇਟ ਜਿਨ੍ਹਾਂ 'ਤੇ ਲਿਖੇ ਹੁੰਦੇ ਆ ਜਾਂ ਜਿਨ੍ਹਾਂ 'ਤੇ ਹੁੰਦਾ ਵੀ ਇਸ ਡੇਟ ਤੋਂ ਬਾਅਦ ਐਕਸਪਾਇਰੀ, ਇਸ ਤੋਂ ਬਾਅਦ ਤੁਸੀਂ ਨਹੀਂ, ਉੱਥੇ ਤੁਸੀਂ ਉਹਨਾਂ ਲਈ ਚੈੱਕ ਕਰ ਸਕਦੇ ਹੋ ਸਮੈਲ ਕਿ ਉਹ ਦੂਜਾ ਆਲਰੇਡੀ ਐਕਸਪਾਇਰ ਹੋ ਗਏ ਨੇ। ਮੋਸਟ ਆਫ ਦਾ ਟਾਈਮਸ ਆਪਾਂ ਉਹਨਾਂ ਨੂੰ ਯੂਜ਼ ਨਹੀਂ ਕਰਦੇ ਜਿੱਥੇ ਐਕਸਪਾਇਰੀ ਡੇਟ ਦਾ ਲੇਬਲ ਲੱਗਿਆ ਹੁੰਦਾ ਵਾ। ਉਹਦਾ ਰੀਜ਼ਨ ਇਹ ਆ ਕਿ ਉਹ ਆਲਰੇਡੀ ਜਿਹੜੀ ਉਹਦੀ ਕੁਆਲਿਟੀ ਆ, ਜਿਹੜੀ ਫੂਡ ਸਟੈਂਡਰਡ ਦੀ ਸੇਫਟੀ ਆ, ਉਸ ਡੇਟ ਤਾਂ ਹੀ ਆ, ਉਸ ਤੋਂ ਬਾਅਦ ਨਹੀਂ ਗੀ, ਖਰਾਬ ਹੋ ਸਕਦਾ। ਬਟ ਜੇ ਆਪਾਂ ਹੁਣ ਇੱਥੇ ਮੈਂ ਥੋੜ੍ਹਾ ਜਿਹਾ ਪਿੱਛੇ ਜਾਵਾਂ, ਗੱਲ ਕਰਾਂ ਪੁਰਾਣੇ ਟਾਈਮ ਦੀ, ਤਾਂ ਆਪਾਂ ਇਹੀ ਚੀਜ਼ਾਂ ਕਰਦੇ ਸੀ, ਇੰਡੀਆ ਵੀ ਕਰਦੇ ਸੀ, ਲਾਈਕ ਜਦੋਂ ਫਰਿੱਜਾਂ ਆਪਣੇ ਨਹੀਂ ਹੁੰਦੀਆਂ ਸੀ। ਸੋ ਵਟ ਵੀ ਯੂਜ਼ ਟੂ ਡੂ ਇਜ਼ ਆਵਰ, ਥੋੜ੍ਹੀ ਸੋਚਣ ਵਾਲੀ ਗੱਲ ਆ ਕਿ ਆਪਾਂ ਥੋੜ੍ਹੇ ਜਿਹੇ ਮਾਡਰਨਾਈਜ਼ ਹੋ ਗਏ ਹਾਂ ਅਤੇ ਆਪਾਂ ਫਰਿੱਜਾਂ ਕੂਲ ਰੂਮ ਯੂਜ਼ ਕਰਨ ਲੱਗ ਗਏ ਹਾਂ। ਚਲੋ ਸ਼ੈਲਫ ਲਾਈਫ ਵਧੀਆ, ਬਟ ਉਹਦੇ ਨਾਲ ਹੋਰ ਚੀਜ਼ਾਂ ਵੀ ਬਹੁਤ ਵਧੀਆ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਬਿਮਾਰੀਆਂ, ਰਾਈਟ। ਜਿੱਦਾਂ ਜਿੱਦਾਂ ਆਪਾਂ ਪੈਕਟ ਦੇ ਵਿੱਚ ਫੂਡ ਖਾਣ ਲੱਗ ਗਏ ਹਾਂ, ਉਹਨਾਂ ਦੀ ਨਿਊਟ੍ਰੀਸ਼ਨ ਵੈਲਿਊ ਘੱਟ ਗਈ ਆ, ਉਹਨਾਂ ਦੇ ਵਿੱਚ ਜਿਹੜੀ ਬੈਕਟੀਰੀਆਜ਼ ਆ ਜਾਂ ਜਿਹੜੇ ਉਹਨਾਂ ਦੀਆਂ ਐਕਚੁਅਲ ਵਿਟਾਮਿਨਸ ਆ, ਉਹਨਾਂ ਦੀ ਐਗਜ਼ਿਸਟਿੰਗ ਲੂਜ਼ ਹੋਣੀ ਸਟਾਰਟ ਹੋ ਗਈ ਆ। ਬਟ ਪੁਰਾਣੇ ਸਮੇਂ 'ਚ ਜੇ ਆਪਾਂ ਦੁੱਧ ਦੀ ਗੱਲ ਕਰੀਏ, ਆਪਣੇ ਫਰੈਸ਼ ਘਰੇ ਮੱਝਾਂ ਹੁੰਦੀਆਂ ਸੀ, ਮਿਲਕ ਆਪਾਂ ਚੋਂਦੇ ਹੁੰਦੇ ਸੀਗੇ, ਉਹਨੂੰ ਬਾਅਦ 'ਚ ਸਾਰਾ ਦਿਨ ਕਾੜਨੀ ਦੇ ਵਿੱਚ ਗਰਮ ਕਰਦੇ ਸੀਗੇ, ਜਿੰਨਾ ਆਪਾਂ ਯੂਜ਼ ਕਰਦੇ ਸੀ ਕਰ ਲੈਂਦੇ, ਬਾਕੀ ਸਾਰਾ ਦਿਨ ਉਹ ਪਾਥੀਆਂ ਦੇ ਉੱਪਰ ਜਦੋਂ ਕਾੜਨੀ ਦੇ ਵਿੱਚ ਸਾਰਾ ਦਿਨ ਕੱਢਦਾ ਰਹਿੰਦਾ ਸੀ, ਸ਼ਾਮ ਨੂੰ ਉਹਦੇ ਇੰਨੀ ਮੋਟੀ ਮਲਾਈ ਆਉਂਦੀ ਹੁੰਦੀ ਸੀ, ਉਹ ਮਲਾਈ ਲਾ ਕੇ ਰੱਖ ਲੈਂਦੇ ਸੀ ਬਜ਼ੁਰਗ, ਬਾਹਰ ਵੀ ਉਹ ਖਰਾਬ ਹੁੰਦੀ ਨਹੀਂ। ਉਸ ਤੋਂ ਬਾਅਦ ਜਿਹੜਾ ਦੁੱਧ ਬਚਿਆ ਸ਼ਾਮ ਨੂੰ ਸਾਰਿਆਂ ਨੂੰ ਗਲਾਸ ਗਲਾਸ ਭਰ ਕੇ ਦੇ ਦੇਣਾ, ਉਸ ਤੋਂ ਬਾਅਦ ਜਿਹੜਾ ਬੱਚਿਆਂ ਨੂੰ ਬੋਇਲ ਕਰਕੇ ਜਾਗ ਲਾ ਦੇਣੀ, ਅਗਲੇ ਦਿਨ ਉਹਦਾ ਦਹੀਂ ਰਿੜਕ ਲੈਣਾ, ਫਿਰ ਉਹ ਸੇਮ ਪ੍ਰੋਸੈਸ ਚੱਲਦੀ ਸੀ। ਦਹੀਂ ਰਿੜਕਣ ਤੋਂ ਬਾਅਦ ਜਿੰਨਾ ਦਹੀਂ ਦੀ ਲੋੜ ਆ ਉਹਨਾਂ ਤੁਸੀਂ ਯੂਜ਼ ਕਰ ਲੈਂਦੇ ਸੀ ਡੇਲੀ, ਉਸ ਤੋਂ ਬਾਅਦ ਜਿੰਨਾ ਬਚਿਆ ਉਹਨੂੰ ਰਿੜਕ ਕੇ ਤੁਸੀਂ ਲੱਸੀ ਬਣਾ ਲੈਂਦੇ ਸੀ ਅਤੇ ਮੱਖਣ ਕੱਢ ਲੈਂਦੇ ਸੀ, ਅਤੇ ਮੱਖਣ ਇਕੱਠਾ ਕਰਕੇ ਥੋੜ੍ਹੇ ਦਿਨਾਂ ਬਾਅਦ ਦੇਸੀ ਘਿਓ ਬਣ ਜਾਂਦਾ ਸੀਗਾ, ਲੱਸੀ ਪਸ਼ੂਆਂ ਨੂੰ ਦੇ ਦਿੱਤੀ ਜਾਂਦੀ ਸੀਗੀ। ਸੋ ਇਹ ਕੀ ਹੋਏਗੀ, ਉਹਨੂੰ ਕਿੱਦਾਂ ਇੱਕ ਸਰਕਲ ਦੇ ਨਾਲ ਆਪਾਂ ਰਨ ਕਰੇ ਸੀ। ਆਪਾਂ ਫਰਿੱਜਾਂ ਬਹੁਤ ਘੱਟ ਯੂਜ਼ ਕੀਤੀਆਂ, ਲਾਈਕ ਮੈਂ ਉਹ ਆ 90s ਦਾ ਬੋਰਨ ਆ, ਸੋ ਉੱਥੇ ਮੈਨੂੰ ਜਿਹੜੀਆਂ ਮੈਂ ਚੀਜ਼ਾਂ ਦੇਖੀਆਂ ਉਸ ਸਮੇਂ ਦੇ ਵਿੱਚ ਜਦੋਂ ਫਰਿੱਜਾਂ ਨਹੀਂ ਹੁੰਦੀਆਂ ਸੀ, ਸੋ ਇਹ ਵਾਲੀਆਂ ਚੀਜ਼ਾਂ ਅਸੀਂ ਕਰਦੇ ਸੀ, ਐਂਡ ਲਾਈਵ ਹੁੰਦੀਆਂ ਸੀ ਸਾਡੇ ਸਾਹਮਣੇ। ਸੋ ਅੱਜ ਕੱਲ੍ਹ ਆਪਾਂ ਉਹ ਚੀਜ਼ਾਂ ਯੂਜ਼ ਕਰਦੇ ਹਾਂ, ਬਟ ਫਿਰ ਵੀ ਕੋਸ਼ਿਸ਼ ਕਰੋ ਕਿ ਜਿਹੜਾ ਵੀ ਤੁਸੀਂ ਪ੍ਰੋਡਕਟ ਬਾਏ ਕਰਦੇ ਹੋ, ਅਗਰ ਉਹ ਯੂਜ਼ ਬਾਏ ਡੇਟ ਹੈਗਾ ਜਾਂ ਬੈਸਟ ਬਿਫੋਰ ਡੇਟ ਹੈਗਾ, ਤਾਂ ਉਹਨੂੰ ਤੁਸੀਂ ਕਿਸ ਹੱਦ ਤੱਕ ਯੂਜ਼ ਕਰ ਸਕਦੇ ਹੋ। ਹੁਣ ਕਈ ਇਹੋ ਜਿਹੇ ਪ੍ਰੋਡਕਟ ਹੈਗੇ ਆ ਜਿਨ੍ਹਾਂ ਦੀਆਂ ਸ਼ੈਲਫ ਲਾਈਫ ਇਨਡੈਫੀਨੇਟ ਨੇ, ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਉਹਨਾਂ ਦੀ ਲਾਈਫ ਐਕਸਪੈਕਟੈਂਸੀ ਘੱਟ ਗਈ। ਜੇ ਆਪਾਂ ਬੈਕ ਹੋਮ ਦੀ ਗੱਲ ਕਰੀਏ, ਹਜੇ ਤੱਕ ਵੀ ਆਪਣੇ ਉਹਨਾਂ ਦੀ ਜਿਹੜੀ ਸ਼ੈਲਫ ਲਾਈਫ ਆ ਬੜੇ ਬੜੇ ਸਾਲ ਆ, ਕਈ ਕਈ ਸਾਲ ਤੱਕ ਆਪਾਂ ਉਹਨੂੰ ਰੱਖਦੇ ਹਾਂ ਸਟੋਰ ਕਰਕੇ। ਬਟ ਇੱਥੇ ਆਣ ਕੇ ਐਕਸਪਾਇਰੀ ਜਿਹੜੀ ਲੇਵਲ, ਜਿਹੜੀ ਉਹਨਾਂ ਦੀ ਸ਼ੈਲਫ ਲਾਈਫ ਆ, ਉਹ ਬਹੁਤ ਮਿਨੀਮਲ ਹੋ ਗਈ ਆ। ਸੋ ਇਹ ਚੀਜ਼ ਦਾ ਧਿਆਨ ਰੱਖਿਓ ਕਿ ਜਿਹੜੀ ਬੈਸਟ ਬਿਫੋਰ ਡੇਟ ਆ ਔਰ ਜਿਹੜੀ ਯੂਜ਼ ਬਾਏ ਡੇਟ ਆ, ਯੂਜ਼ ਬਾਏ ਡੇਟ ਮਤਲਬ ਕਿ ਉਹਦੀ ਫਰੈਸ਼ਨੈਸ ਦੇ ਰਿਗਾਰਡਿੰਗ ਆ, ਔਰ ਬੈਸਟ ਬਿਫੋਰ ਡੇਟ ਮਤਲਬ ਕਿ ਉਸ ਤੋਂ ਬਾਅਦ ਉਹ ਕੁਆਲਿਟੀ ਉਹਦੀ ਸੇਫਟੀ ਦੇ ਰਿਗਾਰਡਿੰਗ ਆ। ਅਗਰ ਉਸ ਤੋਂ ਬਾਅਦ ਤੁਸੀਂ ਯੂਜ਼ ਕਰ ਸਕਦੇ ਹੋ ਤਾਂ ਉਹ ਸ਼ਾਇਦ ਉਹ ਆਈਟਮ ਖਰਾਬ ਵੀ ਹੋਵੇ, ਅਗਰ ਤੁਸੀਂ ਯੂਜ਼ ਬਾਏ ਡੇਟ ਦੀ ਗੱਲ ਕਰਦੇ ਹੋ ਜਾਂ ਫਿਰ ਤੁਸੀਂ ਐਕਸਪਾਇਰੀ ਡੇਟ ਦੀ ਗੱਲ ਕਰਦੇ ਹੋ। ਅਗਰ ਫਿਰ ਵੀ ਤੁਹਾਡੇ ਇਹਦੇ ਵਿੱਚ ਕੋਈ ਡਾਊਟ ਹੈਗਾ ਵਾ, ਮੈਨੂੰ ਹੋਰ ਐਗਜ਼ਾਮਪਲਸ ਦੇ ਨਾਲ ਤੁਹਾਨੂੰ ਐਕਸਪਲੇਨ ਕਰ ਸਕਦਾ ਵਾਂ, ਇੱਕ ਹੋਰ ਪਰਟੀਕੁਲਰ ਦੋ ਪ੍ਰੋਡਕਟ ਨੂੰ ਕੰਪੈਰੀਜ਼ਨ ਕਰ ਸਕਦਾ ਵਾਂ, ਅਗਰ ਤੁਹਾਨੂੰ ਇਹ ਕਨਸੈਪਟ ਨਹੀਂ ਸਮਝ ਆਇਆ
ਅਗਰ ਵੀਡੀਓ ਵਧੀਆ ਲੱਗੀ ਹੋਈ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਆਪਣੇ ਯਾਰਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ, ਔਰ ਜਿੰਨਾ ਵੀ ਤੁਸੀਂ ਪਿਆਰ ਦੇ ਰਹੇ ਹੋ ਦਿਲ ਮੰਗੇ ਮੋਰ ਅਗਰ ਹੋਰ ਕਰੋਗੇ ਤਾਂ ਬਹੁਤ ਬਹੁਤ ਮਿਹਰਬਾਨੀ। ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਵਿੱਚ, ਸਾਰੇ ਚੜ੍ਹਦੀ ਕਲਾ 'ਚ ਰਹੋ। ਸਤਿ ਸ਼੍ਰੀ ਅਕਾਲ, ਧੰਨਵਾਦ।